ਦੇ 24 ਘੰਟੇ ਬੱਤੀ ਦੇ ਨੇ 1000 ਰੁਪਈਆ ਹੌਰਸ ਪਾਵਰ ਬਿੱਲ ਲਾ ਲੈਣੇ ਦੇਣ ਨੂੰ ਤਿਆਰ। ਜਿੰਨੇ ਬੱਤੀ ਵਾਲੇ ਬੈਠੇ ਆਵਾਜ਼ ਮਾਰ ਲਓ ਇੱਥੇ 70-80 ਹਜ਼ਾਰ ਰੁਪਈਆ ਤਨਖਾਹ ਜੇ, ਹਰ ਇੱਕ ਦਾ ਮੀਟਰ ਫ੍ਰੀ ਜੇ, ਜਿੰਨੀ ਮਰਜ਼ੀ ਬੱਤੀ ਚਲਾਵੇ। ਲਾਗੇ ਹਿਮਾਚਲ ਆ, ਲਾਗੇ 1.60 ਰੁਪਏ ਆ, ਹਰਿਆਣੇ ਦੇ ਵਿੱਚ 2.5 ਰੁਪਏ ਆ, ਤੇ ਸਾਡੇ ਅੱਜ ਕਿੰਨੀ ਆ 9.87 ਰੁਪਏ ਜੇ। ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਹੈ ਤੇ ਮੋਟਰਾਂ ਦੀ ਲਾਈਟ ਦਾ ਮਸਲਾ ਹਰ ਵਾਰ ਚੱਲਦਾ ਰਹਿੰਦਾ। ਹਲਕਾ ਖੇਮਕਰਨ ਦੇ ਪਿੰਡ ਤਲਵੰਡੀ ਜ਼ਿਲ੍ਹਾ ਤਰਨ ਤਾਰਨ ਵਿੱਚ ਬਿਜਲੀ ਮਹਿਕਮਾ ਅਤੇ ਪੁਲਿਸ ਵੱਲੋਂ ਕਿਸਾਨਾਂ 'ਤੇ ਬਿਜਲੀ ਚੋਰੀ ਦੇ ਇਲਜ਼ਾਮ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿਸਾਨਾਂ ਨੇ ਪਿੰਡ ਆਏ ਬਿਜਲੀ ਮਹਿਕਮੇ ਅਤੇ ਪੁਲਿਸ ਵਾਲੇ ਘੇਰ ਲਏ ਅਤੇ ਧਰਨਾ ਲਾ ਦਿੱਤਾ। ਇੱਕ ਕਿਸਾਨ ਨੇ ਇਸ ਮੌਕੇ ਜੋ ਸਪੀਚ ਦਿੱਤੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕਿਸਾਨ ਨੇ ਮੰਗ ਕੀਤੀ ਕਿ ਜ਼ਿਮੀਂਦਾਰਾਂ ਨੂੰ ਮੋਟਰਾਂ ਦੀ ਪੂਰੀ 8 ਘੰਟੇ ਬਿਜਲੀ ਦਿਓ, ਭਾਵੇਂ ਬਿੱਲ ਲਾ ਲਓ। ਕਿਸਾਨਾਂ ਨੇ ਕਿਹਾ ਕਿ ਅਸੀਂ ਬਿਜਲੀ ਚੋਰੀ ਨਹੀਂ ਕਰਾਂਗੇ, ਸਾਨੂੰ ਹਰਿਆਣੇ ਹਿਮਾਚਲ ਵਾਂਗ 2.5 ਰੁਪਏ ਪ੍ਰਤੀ ਯੂਨਿਟ ਦੀ ਬਿਜਲੀ ਦੇ ਦਿਓ। 24 ਘੰਟੇ ਬੱਤੀ ਦੇ ਨੇ 1000 ਰੁਪਈਆ ਹੌਰਸ ਪਾਵਰ ਬਿੱਲ ਲਾ ਲੈਣੇ ਦੇਣ ਨੂੰ ਤਿਆਰ। ਇੱਕ ਮੋਟਰ 20 ਕਿੱਲੇ ਪਾਲਦੀ ਜੇ, 20 ਕਿੱਲੇ ਸਾਨੂੰ ਦੇ ਦੇ 24 ਘੰਟੇ ਬੱਤੀ, ਤੇ 4 ਘੰਟੇ ਦੇ ਕੇ ਸਾਨੂੰ ਭਰਾ ਨੂੰ ਛਿੱਤਰੇ ਦੀ ਗਰਾਉਂਡ ਹੈ, ਤੁਹਾਡੇ ਨੀ ਜੇ। ਸਾਨੂੰ ਬੱਤੀ ਫ੍ਰੀ ਨੀ ਚਾਹੀਦੀ, ਸਾਨੂੰ ਸੂਚ ਲੰਘਣਾ ਭਾ ਦੇ ਦੇਣਾ। 19% ਸਾਡੇ 19% ਵਧੇ ਇਹਨਾਂ ਦੀਆਂ, ਸਾਡੇ 19% ਇਹਨਾਂ ਦੀਆਂ 300 ਰੁਪਈਆ ਤਨਖਾਹ। ਹੁਣ ਇੱਕ ਬੰਦੇ ਕੋਲ 300 ਰੁਪਈਆ, ਇੱਕ ਕੋਲ 19 ਰੁਪਈਆ, ਉਹ ਕਰ ਜੂਗਾ ਉਹਦੀ ਬਰਾਬਰੀ? 19 ਵਾਸਤੇ ਭੁੱਖਾ ਹੀ ਮਰੂਗਾ। ਆ ਮੋਦੀ ਨੇ ਤੋਹਫਾ ਦਿੱਤਾ 1 ਰੁਪਈਆ, ਤੁਹਾਡੀ ਦਿਹਾੜੀ ਵਧਾਈ ਆ 240 ਤੋਂ 241 ਕੀਤੀ ਹੈ। ਜਿੰਨੇ ਬੱਤੀ ਵਾਲੇ ਬੈਠੇ ਆਵਾਜ਼ ਮਾਰ ਲਓ ਇੱਥੇ 70-80 ਹਜ਼ਾਰ ਰੁਪਈਆ ਤਨਖਾਹ ਜੇ, ਹਰ ਇੱਕ ਦਾ ਮੀਟਰ ਫ੍ਰੀ ਜੇ, ਜਿੰਨੀ ਮਰਜ਼ੀ ਬੱਤੀ ਚਲਾਵੇ। ਤੇ ਸਾਡਾ ਝੋਨਾ ਕਣਕ 17-18 ਸੌ ਨੂੰ ਲੈ ਕੇ 3500 ਨੂੰ, 3600 ਨੂੰ, 3800 ਨੂੰ ਬਾਹਰ, ਸਾਡੀ ਚੀਜ਼ ਦੇ ਬਾਹਰ ਰੇਟ ਆ, ਸਰਕਾਰ ਤੈਅ ਕਰਦੀ ਕਿ ਵੇਚਣਾ ਕਿੱਦਾਂ। ਅਸੀਂ ਚਾਹੁੰਦੇ ਇੱਥੋਂ ਚੇਂਜ ਵੀ ਕਰਦੇ, ਜੇ ਫੜਨਾ ਵਾ ਤੇ ਆਓ ਤੁਹਾਡੇ ਨਾਲ ਚੋਰਾਂ ਨੂੰ ਫੜਾਉਣੇ ਆ, ਅਸੀਂ ਚੋਰ ਨਹੀਂ ਜੇ। ਕਿੰਨੇ ਜੁਰਮਾਨੇ ਪਾਏ ਆ ਸਾਹਿਬ ਜੀ, ਮੇਰੀ ਗੱਲ ਸੁਣ ਲਿਓ, ਨਾ ਹੀ ਕਿਸੇ ਜੁਰਮਾਨਾ ਪੈਣ ਦੇਣਾਂਗੇ ਤੇ ਨਾ ਗਾਂ ਤੁਹਾਨੂੰ। ਆਓ ਸਾਡੀ ਇੱਕ ਦਲੀਲ ਆ, ਸਾਡੀ ਮੋਟਰ ਤੇ 440 ਵੋਲਟ ਬੱਤੀ ਦੇ ਦਿਓ ਤੇ ਸਾਡੀ ਮੋਟਰ ਚੈੱਕ ਕਰ ਲਓ। 440 ਵੋਲਟ ਵਾਲਾ ਯੰਤਰ ਲਿਓ, ਲਾਓ ਮਸ਼ੀਨ ਲਿਓ, ਲਾ ਲਓ ਤੇ ਲਾ ਕੇ ਚੈੱਕ ਕਰੋ, 440 ਵੋਲਟ ਪੂਰੀ ਕਰ ਦਿਓ, 1200 ਨਾਲ ਬਿਜਲੀ ਸਕੀਮ ਲਿਓ। ਅਸੀਂ ਕੈਂਪਾਂ ਕੂੰਪਾਂ ਨਹੀਂ ਜਾਣਦੇ, ਇਹਨਾਂ ਬੜੀਆਂ ਸਕੀਮਾਂ ਚਲਾਈਆਂ ਜੇ, ਸਰਪੰਚਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਵਾ ਕਿ 39-30 ਰੁਪਈਏ ਲਿਆਓ ਕੈਂਪ ਲੱਗ ਗਿਆ ਵਾ, 39-30 ਰੁਪਈਏ ਹੌਰਸ ਪਾਵਰ ਦੇ ਲਿਓ, ਪੰਜਾਬ ਸਰਕਾਰ ਵੱਲੋਂ ਕੈਂਪ ਲੱਗਾ ਵਾ, ਕਛਲ ਵੱਡੇ ਕਰਾ ਲਓ। ਜੇ ਸਾਡੇ ਕੋਲ ਪੈਸੇ ਜੂ ਹੋਣ ਭਲਾ, ਜੇ ਸਾਡੇ ਪੱਲੇ ਜੂ ਹੋਵੇ ਕੁਛ, ਤੇ ਅਸੀਂ ਚੋਰੀ ਕਿਉਂ ਕਰੀਏ? ਚੋਰ ਇਹ ਆ ਬਣਾਇਆ ਸਾਨੂੰ ਗਿਆ। 1 ਰੁਪਈਆ ਜੁੰਟ ਬੱਤੀ ਦੇ ਦਿਓ, ਲਾਗੇ ਹਿਮਾਚਲ ਆ, ਲਾਗੇ 1.60 ਰੁਪਏ ਆ, ਬੰਬੇ ਕਲਕੱਤੇ ਨੂੰ ਜ਼ਿਆਦਾ ਗਲਤ ਨੀ, 60 ਰੁਪਏ ਨਿਰੇ ਬੱਤੀ ਆ, ਹਰਿਆਣੇ ਦੇ ਵਿੱਚ 2.5 ਰੁਪਈਏ ਆ, ਤੇ ਸਾਡੇ ਅੱਜ ਕਿੰਨੀ ਆ 9.87 ਰੁਪਏ ਜੇ। ਉਹ ਚ ਗਊ ਦਾ ਟੈਕਸ ਆ, ਗੱਡੀ ਦਾ ਟੈਕਸ ਆ, ਉਹਦੇ ਵਿੱਚ ਕਿੰਨੇ ਟੈਕਸ ਪਏ, ਬਿੱਲ ਪੜ ਕੇ ਵੇਖੋ ਆਪਦਾ ਵੀ ਕੀ ਕੁਛ ਹੋਇਆ ਪਿਆ ਵਾ, ਕਿਉਂ ਹੋਇਆ ਵਾ। ਜਿੱਦਣ ਸਰਕਾਰ ਬਣੀ ਸੀ ਨਾ, ਨੋਟ ਰੱਖਿਆ ਕਰੋ ਗੱਲਾਂ, ਉਦਾਂ 6.42 ਰੁਪਏ ਰੇਟ ਸੀ ਬੱਤੀ ਦਾ, ਜਿੱਦਣ ਪੰਜਾਬ ਸਰਕਾਰ ਬਣੀ ਆ। ਤੇ ਸਾਡੇ ਨਾਲ ਵਾਅਦਾ ਸੀ ਕੰਪਨੀ ਸਰਕਾਰ ਦਾ, ਤੇ ਆਉਂਦੇ ਮੈਂ ਅੱਧ ਕਰੂੰਗਾ, 3.21 ਰੁਪਏ ਕੀਤੀ ਆ,